ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਇਸਤਰੀ ਸੁੰਦਰਤਾ ਦਾ ਪ੍ਰਭਾਵ ਇਹ ਤਕਰੀਬਨ ਆਦ ਕਾਲ ਤੋਂ ਹੀ ਚੱਲਿਆ ਆ ਰਿਹਾ ਹੈਗਾ ਸੋ ਇਸ ਕਰਕੇ ਇਸਤਰੀ ਸੁੰਦਰਤਾ ਦਾ ਪ੍ਰਭਾਵ ਸਿੱਧੇ ਤੌਰ ਤੇ ਪੁਰਸ਼ ਦੇ ਉੱਤੇ ਪੈਂਦਾ ਹੈਗਾ ਔਰ ਜਿਹੜੇ ਪੁਰਸ਼ ਇਸਤਰੀ ਸੁੰਦਰਤਾ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ ਕਿਉਂਕਿ ਇੱਕ ਇਹ ਐਸਾ ਕਰਸ਼ਨ ਹੁੰਦਾ ਹੈਗਾ ਪਰ ਇਸਤਰੀ ਸੁੰਦਰਤਾ ਦੇ ਪ੍ਰਭਾਵ ਤੋਂ ਉਹੀ ਬਚ ਸਕਦਾ ਹੈ ਜਿਸ ਨੂੰ ਅਸਲ ਸੁੰਦਰਤਾ ਦਾ ਮਤਲਬ ਪਤਾ ਲੱਗ ਜਵੇ ਅਸਲ ਸੁੰਦਰਤਾ ਦਾ ਗਿਆਨ ਹੋ ਜਵੇ ਤੇ ਜਿਨ੍ਹਾਂ ਦੇ ਅੰਦਰ ਅਸਲ ਸੁੰਦਰਤਾ ਦਾ ਗਿਆਨ ਹੋ ਜਾਂਦਾ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸਤਰੀ ਸੁੰਦਰਤਾ ਜਿਹੜੀ ਹੈ ਉਹਨੂੰ ਕੇਵਲ ਤੇ ਕੇਵਲ ਇੱਕ ਮਾਇਆ ਦਾ ਛਾਲ ਹੈ ਭੁਲੇਖਾ ਹੈ ਹੋਰ ਕੁਝ ਨਹੀਂ ਹੈ ਇਹ ਮਾਇਆ ਦਾ ਇੱਕ ਮਲਮੁਤਰ ਹੈਗਾ ਪਰ ਕਿਉਂਕਿ ਅਗਿਆਨੀ ਲੋਕੀ ਜਿਹੜੇ ਆ ਇਸ ਨੂੰ ਸਭ ਕੁਝ ਸਮਝ ਲੈਂਦੇ ਆ ਇਸ ਕਰਕੇ ਉਹ ਇਸ SLAਵੇ ਦੇ ਵਿੱਚ ਆ ਜਾਂਦੇ ਆ ਦੇਖੋ ਜਿਵੇਂ ਆਪਾਂ ਇੱਕ ਹਨਾ ਪ੍ਰਾਤਨ ਕਥਾ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਥੋੜੀ ਸਾਂਝੀ ਕਰ ਲੈਂਦੇ ਆ ਜਦੋਂ ਵਿਸ਼ਨੂ ਭਗਵਾਨ ਜੀ ਨੇ ਬਾਕੀ ਜਿੰਨੇ ਵੀ ਦੇਵੀ ਦੇਵਤੇ ਤੇ ਹੋਰ ਜਿਹੜੇ ਦਾਇੰਤ ਸੀ ਉਹਨਾਂ ਨਾਲ ਰਲ ਕੇ ਜਦ ਸੁਮੰਦਰ ਮੰਥਨ ਕੀਤਾ ਸੀ ਇਹਦੇ ਵਿੱਚੋਂ 14 ਰਤਨ ਨਿਕਲੇ ਸੀ ਤੇ ਇਹਨਾਂ 14 ਰਤਨਾਂ ਵਿੱਚੋਂ ਇੱਕ ਰਤਨ ਸਿਗਾ ਉਹ ਜਿਹੜਾ ਅਤ ਸੁੰਦਰ ਸਿਗਾ ਉਹ ਸੀਗੀ ਲక్ష్ਮੀ ਉਹ ਜਿਹੜੀ ਲక్ష్ਮੀ ਇਸ ਇਸਤਰੀ ਸੁੰਦਰਤਾ ਦਾ ਰੂਪ ਸੀ ਜਦੋਂ ਸਮੁੰਦਰ ਜੋ ਨਿਕਲੀ ਸੀ ਤੇ ਜਿੰਨੇ ਰਾਖਸ਼ ਤੇ ਦੇਵਤੇ ਜਿਨ੍ਹਾਂ ਦੀ ਨਜ਼ਰ ਉਹਦੇ ਉੱਤੇ ਪਈ ਸੀ ਤੇ ਉਹਦੀ ਸੁੰਦਰਤਾ ਦਾ ਪ੍ਰਭਾਵ ਸਾਰਿਆਂ ਦੇ ਮਨਾਂ ਤੇ ਛਾਇਆ ਗਿਆ ਸੀ ਤੇ ਸਾਰੇ ਹੀ ਜਿਹੜੇ ਸੀ ਯਮੋ ਕਹ ਲੋ ਜਿਵੇਂ ਬਿਲਕੁਲ ਇੱਕ ਬੁੱਤ ਬਣ ਕੇ ਉਹਦੇ ਸੁੰਦਰਤਾ ਨੂੰ ਤੱਕ ਰਹੇ ਸੀ ਤੇ ਸਾਰਿਆਂ ਦੇ ਮਨ ਦੇ ਅੰਦਰ ਮਲੀਨਤਾ ਫੈਲ ਗਈ ਸੀ ਪਰ ਉਸ ਨੇ ਜਦ ਲక్ష్ਮੀ ਨੇ ਦੇਖਿਆ ਸਾਰਿਆਂ ਪਰ ਨਜ਼ਰ ਮਾਰੀ ਸਾਰੇ ਜਿਹੜੇ ਉਸ ਦੀ ਸੁੰਦਤਾ ਨੂੰ ਤੱਕ ਰਹੇ ਸੀ ਤੇ ਸਾਰਿਆਂ ਦੇ ਮਨ ਲక్ష్ਮੀ ਨੇ ਮੈਲੇ ਦੇਖੇ ਪਰ ਉਸ ਟਾਈਮ ਕੇਵਲ ਤੇ ਕੇਵਲ ਇੱਕ ਵਿਸ਼ਨੂੰ ਭਗਵਾਨ ਐਸੇ ਸੀਗੇ ਜਿਨ੍ਹਾਂ ਨੇ ਉਹਦੇ ਵੱਲ ਅੱਖ ਭੜਕੇ ਨਹੀਂ ਦੇਖਿਆ ਤੇ ਆਪਣੇ ਮौज ਦੇ ਵਿੱਚ ਆਪਣੀ ਹੀ ਸੁਰਤੀ ਦੇ ਗਿਆਨ ਦੇ ਮਸਤੀ ਦੇ ਵਿੱਚ ਮਸਤ ਰਹਿਆ ਫਿਰ ਲక్ష్ਮੀ ਨੇ ਜਦ ਦੇਖਿਆ ਕਿ ਅਸਲ ਦੇ ਵਿੱਚ ਗਿਆਨੀ ਪੁਰਸ਼ ਕੇਵਲ ਤੇ ਕੇਵਲ ਵਿਸ਼ਨੂੰ ਭਗਵਾਨ ਹੀ ਆ ਇਸ ਕਰਕੇ ਲక్ష్ਮੀ ਨੇ ਆਪਣਾ ਪਤੀ ਵਿਸ਼ਨੂੰ ਭਗਵਾਨ ਛੁੜਿਆ ਸੀਗਾ ਪਾਬਕੀਆ ਕਿ ਜਿਹੜਾ ਨੂੰ ਸੁੰਦਰਤਾ ਦਾ ਅਸਲ ਗਿਆਨ ਹੋ ਜਵੇ ਹਨ ਉਹਨਾਂ ਨੂੰ ਸੁੰਦਰਤਾ ਪ੍ਰਭਾਵਿਤ ਨਹੀਂ ਕਰਦੀ ਬਾਕੀ ਸਾਰਿਆਂ ਨੂੰ ਕਰ ਬੈਂਦੀ ਆ ਜਿਵੇਂ ਇੱਕ ਵਾਰ ਕੀ ਹੋਇਆ ਸੀ ਕਿ ਇੱਕ ਨਾ ਸੇਠ ਉਹਦੀ ਇੱਕ ਘਰ ਵਾਲੀ ਸੀ ਪਤਨੀ ਸੀ ਜਿਹੜੀ ਉਹ ਸੇਠ ਦੇ ਵਾਸਤੇ ਅਤ ਸੁੰਦਰ ਸੀਗੀ ਤੇ ਉਸ ਦੀ ਸੁੰਦਰਤਾ ਦਾ ਪ੍ਰਭਾਵ ਸੇਠ ਦੇ ਦਿlo ਦਿਮਾਗ ਉਤੇ ਨਸ਼ਾ ਆਇਆ ਹੁੰਦਾ ਸੀਗਾ ਕਿ ਉਹ ਆਪਣੀ ਇਸਤਰੀ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ ਜਦ ਵੀ ਦੇਖਦਾ ਸੀ ਤੇ ਉਹਦਾ ਚਿਹਰਾ ਹੀ ਤੱਕਦਾ ਰਹਿੰਦਾ ਸੀ ਔਰ ਇਥੋਂ ਤੱਕ ਉਹ ਉਸ ਦੀ ਸੁੰਦਰਤਾ ਦਾ ਸ਼ਦਾਈ ਹੋਇਆ ਸੀਗਾ ਕਿ ਅਗਰ ਉਹ ਇਸਤਰੀ ਬਾਹਰ ਸੈਰ ਕਰਨ ਜਾਵੇ ਤੇ ਸੇਠ ਨਾਲ ਛਤਰੀ ਲੈ ਕੇ ਆਪਣੀ ਇਸਤਰੀ ਦੇ ਨਾਲ ਜਾਵੇ ਤੇ ਛਤਰੀ ਵੀ ਇਸ ਢੰਗ ਨਾਲ ਫੜੇ ਕਿ ਇਸਤਰੀ ਜਿਹੜੀ ਸਿੱਧੀ ਤੁਰੇ ਤੇ ਸੇਠ ਜਿਹੜਾ ਹਨ ਛਤਰੀ ਹੱਥ 'ਚ ਫੜ ਕੇ ਤੇ ਬਿਸ਼ਲ ਖੁਰੀ ਉਹਦੇ ਮੋਹਰੇ ਮੋਹਰੇ ਤੁਰੇ ਤਾਂ ਜੋ ਉਹਦਾ ਚਿਹਰਾ ਜਿਹੜਾ ਹੈ ਸੇਠ ਦੀਆਂ ਅੱਖਾਂ ਦੇ ਸਾਹਮਣੇ ਰਹੇ ਐਸਾ ਸ਼ੇਠ ਜਿਹੜਾ ਸੀ ਉਸ ਦੀ ਸੁੰਦਰਤਾ ਨੇ ਕੀ ਲਿਆ ਹੋਇਆ ਸੀਗਾ ਤੇ ਇੱਕ ਵਾਰ ਯਾਦ ਇਸ ਸ਼ੇਠ ਦੀ ਗੱਲ ਕਿਸੇ ਆਚਾਰੀਆ ਮਹਾਤਮਾ ਦੇ ਨਾਲ ਉਸ ਆਚਾਰੀਆ ਮਹਾਤਮਾ ਦੇ ਸੇਵਕਾਂ ਨੇ ਕੀਤੀ ਤੇ ਆਚਾਰੀਆ ਹੱਸ ਕੇ ਕਹਿਣ ਲੱਗੇ ਵੀ ਭਾਈ ਫੇ ਤਾਂ ਇਹੋ ਜਿਹੇ ਸ਼ੇਠ ਦੇ ਦਰਸ਼ਨ ਕਰਨੇ ਬਣਦੇ ਆ ਮੈਂ ਦੇਖਣਾ ਚਾਹੁੰਦਾ ਹੈਗਾ ਕਿ ਇਸਤਰੀ ਦੀ ਸੁੰਦਰਤਾ ਦਾ ਪ੍ਰਭਾਵ ਸ਼ੇਠ ਉਤੇ ਕਿੰਨਾ ਹੈਗਾ ਜਦ ਆਚਾਰੀਆ ਮਹਾਤਮਾ ਨੇ ਇਹ ਗੱਲ ਕਹੀ ਤਾਂ ਫਿਰ ਇੱਕ ਦਿਨ ਆਚਾਰੀਆ ਮਹਾਤਮਾ ਜਿਹੜੇ ਸੀ ਆਪਣੀ ਸੇਵ ਕਰਨ ਨੂੰ ਲੈ ਕੇ ਉਸ ਪਾਸੇ ਨਿਕਲ ਗਏ ਜਿੱਥੇ ਉਹ ਸੇਠ ਆਪਣੀ ਇਸਤਰੀ ਨੂੰ ਸੈਰ ਕਰਾ ਰਿਹਾ ਸੀ ਜਦ ਉੱਥੇ ਨਿਕਲੇ ਤਾਂ ਆਚਾਰੀਆ ਨੇ ਕੀ ਦੇਖਿਆ ਕਿ ਵਾਕਿਆ ਜੋ ਸੁਣਿਆ ਸੀ ਉਹ ਬਿਲਕੁਲ ਸੱਤ ਹੈਗਾ ਸੇਠ ਨੇ ਛਤਰੀ ਲੈ ਕੇ ਆਪਣੀ ਇਸਤਰੀ ਦੇ ਉੱਤੇ ਤਾਣੀ ਹੋਈ ਸੀ ਤੇ ਆਪ ਉਹਦੇ ਮੋੜੇ ਮੋੜੇ ਪਿਛਲ ਖੁਰੀ ਤੁਰ ਰਿਹਾ ਸੀਗਾ ਤੇ ਉਹਦੇ ਬਾਰ ਨਜ਼ਰਾਂ ਟਿਕਾ ਕੇ ਦੇਖ ਰਿਹਾ ਸੀਗਾ ਜਦ ਆਚਾਰੀਆ ਨੇ ਇਸ ਤਰ੍ਹਾਂ ਦੇਖਿਆ ਤੇ ਆਪਣੇ ਨਾਲ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਨੂੰ ਕਹਿਣ ਲੱਗੇ ਦੇਖੋ ਇਹ ਸੇਠ ਜਿਹੜਾ ਇਸ ਸੁੰਦਰਤਾ ਦੇ ਵਿੱਚ ਇੰਨਾ ਪਾਗਲ ਹੈਗਾ ਕਿ ਅਸਲ ਦੇ ਵਿੱਚ ਇਹਨੂੰ ਸੁੰਦਰਤਾ ਦਾ ਗਿਆਨ ਨਹੀਂ ਨੂੰ ਪਤਾ ਹੀ ਨਹੀਂ ਕਿ ਅਸਲ 'ਚ ਸੁੰਦਰਤਾ ਹੈ ਕੀ ਆ ਇਹ ਜੋ ਸੁੰਦਰਤਾ ਸੇਠ ਸਮਝਦਾ ਹੈਗਾ ਇਹ ਸਿਰਫ ਸਿਰਫ ਮਾਇਆ ਦਾ ਛਾਲ ਹੈਗਾ ਮਾਇਆ ਦੀ ਮੈਲ ਹੈਗੀ ਜਾਂ ਹੋਰ ਕੁਝ ਵੀ ਨਹੀਂ ਆ ਇਸ ਕਰਕੇ ਕਿਉਂਕਿ ਜਾਰੀਆਂ ਮਹਾਤਮਾ ਸੀਗੇ ਤੇ ਉਹ ਫਿਰ ਕਹਿਣ ਲੱਗੇ ਕਿ ਇਸ ਸੇਠ ਨੂੰ ਸਾਨੂੰ ਅਸਲੀ ਸੁੰਦਰਤਾ ਦਾ ਹੁਣ ਗਿਆਨ ਕਰਾਉਣਾ ਮੰਨਦਾ ਕਿ ਅਸਲ ਦੇ ਵਿੱਚ ਸੁੰਦਰਤਾ ਹੈ ਕੀ ਆ ਦੇਖੋ ਜਦ ਇੰਨੀ ਗੱਲ ਹੋਈ ਸੀ ਤਾਂ ਸਾਰੇ ਜਿਹੜੇ ਸਗੇ ਉਹਦੇ ਨਾਲ ਦੇ ਸੰਗੀ ਸਾਥੀ ਉਹਨਾਂ ਦੇ ਮਨ 'ਚ ਪ੍ਰਸ਼ਨ ਹੋ ਗਿਆ ਕਿ ਮਹਾਪੁਰਖ ਇਹ ਸ਼ੇਠ ਨੂੰ ਗਿਆਨ ਕਿਵੇਂ ਕਰਾਉਣਗੇ ਅਖਰੀ ਗਿਆਨ ਦੇ ਸਮਝ ਨਹੀਂ ਸਕਦਾ ਤੇ ਇਸ ਕਰਕੇ ਕੋਈ ਐਸਾ ਗਿਆਨ ਉਹਦੇ ਸਾਹਮਣੇ ਰੱਖਣਗੇ ਪ੍ਰਤੱਖ ਜਿਹਦੇ ਕਰਕੇ ਸ਼ੇਠ ਦਾ ਮਨ ਜਿਹੜਾ ਹੈਗਾ ਇਹ ਸੁੰਦਰਤਾ ਤੋਂ ਜਕਦੰ ਬਦਲ ਜਾਵੇਗਾ ਪਰ ਆਵ ਸੰਗਤਾਂ ਜਾਣਨੀ ਆ ਕਿ ਜਿਹੜੇ ਆਚਾਰੀ ਮਹਾਤਮਾ ਹੁੰਦੇ ਆ ਇਹ ਬਹੁਤ ਉੱਚੀ ਵਸਤਾ ਦੇ ਮਾਲਕ ਹੁੰਦੇ ਆ ਤੇ ਇਹਨਾਂ ਦਾ ਜਿਹੜਾ ਜੱਜ ਤੇ ਵਿਚਾਰ ਤੇ ਆਚਾਰ ਆਚਾਰ ਸਭ ਤੋਂ ਉੱਪਰ ਹੁੰਦਾ ਇਸ ਕਰਕੇ ਇਹ ਆਚਾਰੀਆ ਮਹਾਤਮਕ ਹੁੰਦੇ ਆ ਤੇ ਇਹਨਾਂ ਦਾ ਮਨ ਦਾ ਕੋਈ ਵੀ ਫੁਰਨਾ ਤਤਕਾਲ ਪਰਮੇਸ਼ਰ ਪੂਰਾ ਕਰ ਦਿੰਦਾ ਹੈਗਾ ਇਸ ਕਰਕੇ ਜਦ ਇਹ ਆਚਾਰੀਆ ਮਹਾਤਮ ਉਹ ਸੇਠ ਨੂੰ ਮਿਲੇ ਸੀ ਤਾਂ ਸੇਠ ਨੂੰ ਪੁੱਛਿਆ ਵੀ ਸੇਠ ਜੀ ਕੀ ਗੱਲ ਹੈਗੀ ਕਿ ਤੁਸੀਂ ਆਪਣੀ ਪਤਨੀ ਤੋਂ ਬਗੈਰ ਰਹਿ ਨਹੀਂ ਸਕਦੇ ਅਸੀਂ ਤੁਹਾਨੂੰ ਦੇਖਿਆ ਹੈਗਾ ਤੇ ਤੁਸੀਂ ਪੁਰਸ਼ ਹੁੰਦੇ ਹੋਈ ਵੀ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰਦੇ ਆ ਤਾਂ ਫਿਰ ਉਹ ਸੇਠ ਨੇ ਚਾਰੀਆ ਮਹਾਤਮਾ ਨੂੰ ਦੱਸਿਆ ਸਗਾ ਕਿ ਦਰਸਲ ਗੱਲ ਇਹ ਆ ਕਿ ਮੈਂ ਜਿੱਥੇ ਤੱਕ ਦੇਖਿਆ ਕਿ ਮੈਂ ਦੁਨੀਆ ਦਾ ਐਸਾ ਸਭ ਤੋਂ ਵੱਡਾ ਭਾਗ ਵਾਲਾ ਮਨੁੱਖ ਹੈਗਾ ਕਿ ਜਿਸ ਨੂੰ ਰੱਬ ਨੇ ਜਿਹੜੀ ਸੁੰਦਰਤਾ ਇਸਤਰੀ ਦੀ ਸੁੰਦਰਤਾ ਹੈਗੀ ਆ ਉਸ ਨੂੰ ਉਹਦੀ ਪਤਨੀ ਦੇ ਰੂਪ ਦੇ ਵਿੱਚ ਦਿੱਤੀ ਆ ਤੇ ਮੈਂ ਆਪਣੀ ਪਤਨੀ ਦਾ ਰੂਪ ਜਿਹੜਾ ਹੈਗਾ ਉਹ ਦਿਨ ਰਾਤ ਆਪਣੇ ਸੁਪਨਿਆਂ ਵਿੱਚ ਵੀ ਦੇਖਦਾ ਰਹਿੰਦਾ ਤੇ ਇਸ ਰੂਪ ਨੂੰ ਤੱਕਣ ਤੋਂ ਬਗਾਰ ਮੈਂ ਰਹਿ ਨਹੀਂ ਸਕਦਾ ਜੋ ਸੇਠ ਨੇ ਮਹਾਤਮਾ ਨੂੰ ਦੱਸਿਆ ਤੇ ਮਹਾਤਮਾ ਸਕੇ ਕਹਿਣ ਲੱਗੇ ਵੀ ਤੈਨੂੰ ਅਸਲ ਦੇ ਵਿੱਚ ਰੂਪ ਦਾ ਪਤਾ ਨਹੀਂ ਹੈ ਕਿਉਂਕਿ ਇਹ ਤੇਰੀ ਅਗਿਆਨਤਾ ਹੈ ਤੇਰਾ ਭਲਾਵਾ ਹੈਗਾ ਇਹ ਕੇਵਲ ਮਾਇਆ ਦਾ ਛਾਲ ਹੈਗਾ ਅਸਲ ਦੇ ਵਿੱਚ ਸੁੰਦਰਤਾ ਕੁਝ ਹੋਰ ਹੈ ਜਦ ਇਹ ਨਹੀਂ ਗੱਲ ਹੋਈ ਤਾਂ ਸੇਠ ਬੜਾ ਹਨਾਨ ਹੋਇਆ ਮਹਾਤਮਾ ਨੂੰ ਕਹਿਣ ਲੱਗਾ ਕਿ ਹੋਰ ਕਿਹੜੀ ਸੁੰਦਰਤਾ ਹੋ ਸਕਦੀ ਹੈ ਮੇਰੀ ਇਸਤਰੀ ਤੋਂ ਵੱਡ ਸੁੰਦਰ ਕੌਣ ਹੋ ਸਕਦਾ ਤੇ ਫਿਰ ਆਚਾਰੀਆ ਮਹਾਤਮਾ ਕਹਿਣ ਲੱਗੇ ਸਕੇ ਉਹ ਹੈ ਪਰਿਪੂਰਮ ਪਰਮਾਤਮਾ ਵਾਹਿਗੁਰੂ ਉਹ ਸਭ ਤੋਂ ਅਤ ਸੁੰਦਰ ਹੈਗਾ ਜਦ ਇਹ ਗੱਲ ਹੋਈ ਤਾਂ ਫਿਰ ਉਹ ਸੇਠ ਕਹਿਣ ਲੱਗੇ ਕਿ ਪ੍ਰਮਾਤਮਾ ਨੂੰ ਮੈਂ ਦੇਖਿਆ ਨਹੀਂ ਅਗਰ ਮੈਂ ਪ੍ਰਮਾਤਮਾ ਦੀ ਸੁੰਦਰਤਾ ਦੇਖਾਂ ਤੇ ਫੇਰ ਹੀ ਮੈਂ ਯਕੀਨ ਕਰ ਸਕਦਾ ਤੁਹਾਡੇ ਸ਼ਬਦਾਂ ਦੇ ਨਾਲ ਤਾਂ ਮੈਂ ਯਕੀਨ ਕਰਨ ਨੂੰ ਰਿਹਾ ਜਦ ਇੰਨੀ ਗੱਲ ਹੋਈ ਸਤਿ ਮਹਾਤਮਾ ਕਹਿ ਲਗੇ ਠੀਕ ਹੈ ਜ਼ਰੂਰ ਤੈਨੂੰ ਦਿਖਾਵਾਂਗੇ ਜਦ ਇੰਨੀ ਕਹਿ ਦਿੱ ਜੀ ਡੇਢ ਸੀ ਉਹਨਾਂ ਆਚਾਰੀਆਂ ਮਹਾਤਮਾ ਨੇ ਸੇਠ ਦੇ ਮੱਥੇ ਉੱਥੇ ਜੋ ਹੀ ਆਪਣੀ ਜਿਹੜੀ ਸੀ ਉਂਗਲੀ ਰੱਖੀ ਜਦ ਮੱਥੇ ਤੇ ਉਹਦੇ ਆਪਣੀ ਉਂਗਲੀ ਰੱਖੀ ਤਾਂ ਬਸ ਉਂਗਲੀ ਰੱਖਣ ਦੇ ਨਾਲ ਹੀ ਉਸ ਸੇਠ ਦੇ ਕਪਾੜੇ ਖੋਲਗੇ ਤੇ ਉਹਨੇ ਪ੍ਰਤੱਖ ਜਿਹੜੇ ਸੀ ਸਾਖ ਸ਼ਾਤ ਨਰੰਜਣੀ ਦੂਤ ਪ੍ਰਕਾਸ਼ ਦੇ ਦਰਸ਼ਨ ਕੀਤੇ ਤੇ ਉਹ ਪ੍ਰਕਾਸ਼ ਐਸਾ ਸੀ ਜਿਸ ਨੂੰ ਕਲਗੀਧਰ ਪੀਤਾ ਨੇ ਕਿਹਾ ਕਿ ਅਰੂਪ ਹੈ ਅਨੂਪ ਹੈ ਕਿ ਉਹਦਾ ਰੂਪ ਕੋਈ ਨਹੀਂ ਪਰ ਉਹਦੇ ਵਰਗਾ ਵੀ ਕੋਈ ਨਹੀਂ ਅਤ ਸੁੰਦਰ ਰੂਪ ਹੈ ਪਰਮੇਸ਼ਰ ਦਾ ਇਸੇ ਕਰਕੇ ਕਿਹਾ ਕਿ ਪਰਮੇਸ਼ਰ ਉਹ ਜਿਹੜਾ ਵਾਹਿਗੁਰੂ ਹੈ ਉਹ ਸਤਿਅੰ ਸ਼ਿਵਮ ਸੁੰਦਰਮ ਹੈਗਾ ਉਹ ਤੋਂ ਵੱਡਾ ਸੁੰਦਰਤਾ ਕੋਈ ਨਹੀਂ ਜਦੋਂ ਸੇਠ ਨੇ ਪ੍ਰਤੱਖ ਆਪਣੇ ਅੰਦਰ ਇਹ ਸਾਰੀ ਜਿਹੜੀ ਚਾਲਕ ਦੇਖੀ ਤੇ ਤਤਕਾਲ ਆਪਣੀ ਪਤਨੀ ਦਾ ਰੂਪ ਜਿਹੜਾ ਸੀ ਉੱਥੇ ਹੀ ਭੁੱਲ ਗਿਆ ਤੇ ਉਸ ਤੋਂ ਬਾਅਦ ਉਹ ਆਚਾਰੀਆ ਮੁਖਾਤਮ ਦਾ ਸ਼ិਸ਼ ਹੋ ਗਿਆ ਤਾਂ ਆਪਣਾ ਘਰਵਾਰ ਛੱਡ ਕੇ ਸਦਾ ਵਾਸਤੇ ਉਹ ਭਗਤੀ ਦੇ ਵਿੱਚ ਹੀ ਲੀਨ ਹੋ ਗਿਆ ਕਿਉਂ ਕਿਉਂਕਿ ਉਸ ਨੂੰ ਹਨਾ ਅਸਲੀ ਸੁੰਦਰਤਾ ਦੇ ਭੇਦ ਦਾ ਪਤਾ ਲੱਗ ਗਿਆ ਹੈਗਾ ਉਹ ਜਿਹਨਾਂ ਨੂੰ ਅਸਲੀ ਸੁੰਦਰਤਾ ਦੇ ਭੇਦ ਦਾ ਪਤਾ ਲੱਗ ਗਿਆ ਹੈਗਾ ਤੇ ਫਿਰ ਉਹ ਜਿਹੜੇ ਸ਼ਖਸ਼ ਹੈਗੇ ਆ ਉਹ ਕਦੀ ਵੀ ਪਿਛਾਂ ਮੁੜਦੇ ਨਹੀਂਗੇ ਕਿਉਂਕਿ ਉਹ ਅਸਲ ਸੁੰਦਰਤਾ ਜੋ ਪਰਮੇਸ਼ਰ ਹੈ ਜਿਹੜਾ ਸੁੰਦਰਤਾ ਦਾ ਮੂਲ ਹੈ ਬੀਜ ਹੈ ਬਸ ਉਸ ਨੂੰ ਹੀ ਤੱਕਦੇ ਰਹਿੰਦੇ ਆ ਤੇ ਉਹਨਾਂ ਦੀ ਤੱਕਣੀ ਇਸ ਤਰ੍ਹਾਂ ਹੈ ਜਿਵੇਂ ਚਕੂਰ ਜਿਹੜੀ ਚੰਦਰਮਾ ਨੂੰ ਤੱਕਦੀ ਹੈਗੀ ਐਸੀ ਪ੍ਰੀਤ ਹੈਗੀ ਜਿਵੇਂ ਇੱਕ ਵਾਰ ਗੀ ਹੋਇਆ ਸੀ ਕਿ ਇੱਕ ਕਿਸੇ ਰਾਜੇ ਦੀ ਰਾਣੀ ਜਿਹੜੀ ਸੀ ਬੜੀ ਖੂਬਸੂਰਤ ਸੀ ਜਦ ਬੜੀ ਖੂਬਸੂਰਤ ਸੀ ਤੇ ਉਸ ਰਾਣੀ ਦੇ ਮਹਿਲ ਦੇ ਉੱਤੇ ਇੱਕ ਦਾਸੀ ਜਿਹੜੀ ਸੀ ਉਹ ਕੰਮਕਾਰ ਕਰਦੀ ਹੁੰਦੀ ਸੀ ਜਾਂ ਦਾਸੀ ਕੰਮਕਾਰ ਕਰਦੀ ਹੁੰਦੀ ਅਚੰਚੇ ਤੇਕ ਕੋਈ ਕਿ ਉਹ ਉਹ ਦਾਸੀ ਦਾ ਇੱਕ ਛੋਟਾ ਜਿਹਾ ਲੜਕਾ ਜਦੋਂ ਆਪਣੀ ਮਾਂ ਦੇ ਨਾਲ ਇਸ ਰਾਣੀ ਦੇ ਮਹਿਲ ਦੇ ਵਿੱਚ ਅਚੰਚੇ ਤਹਿਤ ਉਹਦੀ ਨਜ਼ਰ ਜਿਹੜੀ ਸੀ ਇਸ ਰਾਣੀ ਤੇ ਪੈ ਗਈ ਤੇ ਇਸ ਰਾਣੀ ਦੀ ਸੁੰਦਰਤਾ ਨੂੰ ਦੇਖ ਕੇ ਉਹ ਦਾਸੀ ਦਾ ਲੜਕਾ ਜਿਹੜਾ ਸੀਗਾ ਉਹ ਇੰਨਾ ਕਾਇਲ ਹੋ ਗਿਆ ਕਿ ਉਹ ਫਿਰ ਜਦ ਬਾਪ ਸੋਇਆ ਤੇ ਉਹਨੇ ਇਹੋ ਜੀ ਸੁੰਦਰਤਾ ਕਦੀ ਦੇਖੀ ਨਹੀਂ ਜਾ ਦੇਖੀ ਨਹੀਂ ਤਾਂ ਇੰਨਾ ਉਹਦਾ ਦਿলো ਦਿਮਾਗ ਤੇ ਉਸ ਰਾਣੀ ਦੀ ਸੁੰਦਰਤਾ ਦਾ ਅਸਰ ਹੋ ਗਿਆ ਸੀਗਾ ਤੇ ਫਿਰ ਉਹਨੇ ਰੋਟੀ ਪਾਣੀ ਖਾਣਾ ਛੱਡ ਦਿੱਤਾ ਸੀ ਜਦਕਰ ਰੋਟੀ ਨਾ ਖਾਵੇ ਦੋ ਤਿੰਨ ਦਿਨ ਹੋਏ ਤੇ ਉਹਦੀ ਮਾਂ ਕਹਿਣ ਲੱਗੀ ਕਿ ਪੁੱਤ ਤੂੰ ਬਿਮਾਰ ਨਹੀਂ ਗੱਲ ਕੀ ਆ ਤੇ ਰੋਟੀ ਪਾਣੀ ਕਿਉਂ ਨਹੀਂ ਖਾਂਦਾ ਕਿਉਂਕਿ ਉਹਦੀ ਜਿਹੜੀ ਦਸ਼ਾ ਸੀਗੀ ਲੜਕੇ ਦੀ ਬੜੀ ਖਰਾਬ ਹੋ ਗਈ ਸੀ ਤੇ ਜਦ ਮਾਂ ਨੇ ਬੜੇ ਪਿਆਰ ਦੇ ਨਾਲ ਉਹਨੂੰ ਪੁੱਛਿਆ ਤੇ ਫਿਰ ਉਹ ਲੜਕੇ ਨੇ ਦੱਸਿਆ ਕਿ ਮਾਂ ਤੈਨੂੰ ਕੀ ਦੱਸਾਂ ਜੇ ਇਸ ਰਾਣੀ ਦੇ ਕੋਲ ਕੰਮ ਕਰਦੀ ਉਹ ਰਾਣੀ ਇੰਨੀ ਖੂਬਸੂਰਤ ਆ ਕਿ ਬਸ ਮੈਂ ਉਹਦੀ ਸੁੰਦਰਤਾ ਦਾ ਪੂਰੀ ਤਰ੍ਹਾਂ ਆਸ਼ਿਕ ਹੋ ਗਿਆ ਤੇ ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਇਸ ਕਰਕੇ ਜੇ ਤੂੰ ਕਹੇਂ ਤੇ ਜਦ ਤੱਕ ਮੈਂ ਉਹਦੀ ਰਾਣੀ ਮੈਨੂੰ ਮਿਲਦੀ ਨਹੀਂ ਨਗੀ ਤਦ ਤੱਕ ਮੈਂ ਇੱਕ ਰੋਟੀ ਨਹੀਂ ਖਾਣੀ ਜਦ ਇੰਨੀ ਗੱਲ ਹੋਈ ਤਾਂ ਉਹ ਫਿਰ ਮਾਂ ਸਮਝ ਗਈ ਵੀ ਇਹ ਤਾਂ ਮੇਰਾ ਲੜਕਾ ਇਹਨ ਤੋਂ ਪਤਾ ਹੀ ਨਹੀਂ ਸੁੰਦਰਤਾ ਅਸਲ 'ਚ ਹੈ ਕੀ ਆ ਪਰ ਇਹ ਰਾਣੀ ਦੀ ਸੁੰਦਰਤਾ ਦਾ ਉਹਦਾ ਰੂਪ ਦੇਖ ਕੇ ਉਹਦੇ ਉੱਤੇ ਮੋਹਤ ਹੋ ਗਿਆ ਹੈਗਾ ਤੇ ਅਗਰ ਰਾਜੇ ਨੂੰ ਪਤਾ ਲੱਗ ਗਿਆ ਤੇ ਫਿਰ ਰਾਣੀ ਤੇ ਸਾਡੇ ਵਾਸਤੇ ਬੜੀ ਮੁਸ਼ਕਲ ਹੋ ਜਾਊਗੀ ਬਰੀ ਮਾਂ ਸਿਆਣੀ ਸੀ ਉਹਨੇ ਕਬ ਚੱਲ ਕੋਈ ਗੱਲ ਨਹੀਂ ਮਹਾਰਾਣੀ ਨਾਲ ਗੱਲ ਕਰਦੀ ਦੂ ਰੋਟੀ ਖਾ ਲਾ ਜਦ ਇੰਨੀ ਗੱਲ ਹੋਈ ਤਾਂ ਉਹ ਕਹਿਣ ਲੱਗਾ ਨਹੀਂ ਪਹਿਲਾਂ ਦੂ ਰਾਣੀ ਨਾਲ ਗੱਲ ਕਰਕੇ ਉਹ ਮੈਨੂੰ ਮਿਲੂਗੀ ਤੇ ਮੇਰੇ ਨਾਲ ਗੱਲਬਾਤ ਕਰੂਗੀ ਜਦ ਇੰਨੀ ਗੱਲ ਹੈ ਤਾਂ ਮਾਕੇ ਨੇ ਚੱਲ ਮੈਂ ਕੋਸ਼ਿਸ਼ ਕਰਕੇ ਦੇਖਦੀ ਹਾਂ ਉਹ ਫਿਰ ਲੜਕੇ ਦੀ ਮਾਂ ਜਦ ਦੂਸਰੇ ਦਿਨ ਉਸ ਰਾਣੀ ਦੇ ਮਹਿਲ ਤੇ ਗਈ ਤੇ ਉਹਨੇ ਫਿਰ ਰਾਣੀ ਨਾਲ ਆਪਣੇ ਸਹਿਜ ਵਿਚਾਰ ਜਿਹੜੀ ਸੀ ਬੜੇ ਸਾਲ ਤਰੀਕੇ ਨਾਲ ਕੀਤੀ ਤੇ ਰਾਣੀ ਨੂੰ ਇਹ ਵੀ ਦੱਸਿਆ ਕਿ ਮੇਰਾ ਮੁੰਡਾ ਜਿਹੜਾ ਹੈਗਾ ਉਹ ਨਿਆਣਾ ਹੈਗਾ ਉਹਨੂੰ ਪਤਾ ਨਹੀਂ ਹੈਗਾ ਤੋ ਇਹ ਨਹੀਂ ਜਾਣਦਾ ਹੈਗਾ ਕਿ ਜਿਹੜੀ ਗੱਲ ਉਹ ਕਰ ਰਿਹਾ ਹੈਗਾ ਇਸ ਗੱਲ ਦਾ ਉਹ ਕਿੱਡਾ ਵੱਡਾ ਅਸਰ ਜਿਹੜਾ ਹੈਗਾ ਅਗਰ ਰਾਜ ਦੇ ਵਿੱਚ ਹੋ ਜਾਊਗਾ ਤੇ ਤੇਰੀ ਤੇ ਮੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਤੇ ਸਾਡੇ ਸਾਰੇ ਪਰਵਾਰ ਨੂੰ ਖਤਰਾ ਹੋ ਸਕਦਾ ਪਰ ਜਿਵੇਂ ਸ ਰਾਣੀ ਨੇ ਉਹ ਗੱਲ ਕੀਤੀ ਜਿਹੜੀ ਖੂਬਸੂਰਤ ਰਾਣੀ ਸੀ ਉਹ ਕੱਲੀ ਚਿਹਰੇ ਦੀ ਖੂਬਸੂਰਤ ਨਹੀਂ ਸੀ ਉਹ ਵਿਵੇਕ ਵਿੱਚ ਵੀ ਬੜੀ ਉੱਚੀ ਸੀ ਜਦ ਇੰਨੀ ਗੱਲ ਹੋਈ ਤਾਂ ਉਹ ਚੁੱਪ ਕਰਕੇ ਬਾਅਦ ਚ ਉਹ ਆਪਣੀ ਦਾਸੀ ਨੂੰ ਕਹਿਣ ਲੱਗੀ ਤੂੰ ਫਿਕਰ ਨਾ ਕਰ ਤੂੰ ਇਦਾਂ ਘਰ ਘਰ ਚੱਲੀ ਜਾ ਤੇ ਆਪਣੇ ਲੜਕੇ ਨੂੰ ਕਹੇ ਵੀ ਤੂੰ ਰੋਟੀ ਪਾਣੀ ਛੱਕ ਮੈਂ 15 ਦਿਨਾਂ ਬਾਅਦ ਤੈਨੂੰ ਮਿਲੂੰਗੀ ਜਦ ਇੰਨੀ ਗੱਲ ਹੋਈ ਤਾਂ ਬਸ ਫੇਰ ਕੀ ਸੀ ਉਹ ਦਾਸੀ ਖੁਸ਼ ਹੋ ਗਈ ਤੂੰ ਲੜਕੇ ਨੂੰ ਦੱਸਿਆ ਵੀ ਰਾਣੀ ਨੇ ਤੈਨੂੰ ਮਿਲਣ ਦੀ ਹਮਈ ਭਰ ਦਿੱਤੀ 15 ਦਿਨਾਂ ਬਾਅਦ ਤੈਨੂੰ ਮਿਲ ਗਈ ਤਦ ਤੱਕ ਰਾਣੀ ਦਾ ਦੇਸ਼ ਆਪ ਤੇ ਰੋਟੀ ਪਾਣੀ ਜਿਹੜਾ ਹੈਗਾ ਉਹ ਛੱਡ ਨਾ ਉਹਨੂੰ ਚੰਗੀ ਤਰ੍ਹਾਂ ਛੱਕ ਤੇ ਆਪਣੀ ਖੂਬਸੂਰਤੀ ਵਧਾ ਆਪਣੀ ਸਿਹਤ ਦਾ ਖਿਆਲ ਰੱਖ ਜਦ ਇੰਨੀ ਗੱਲ ਹੋਈ ਤਾਂ ਲੜਕਾ ਖੁਸ਼ ਹੋ ਗਿਆ ਤੇ ਰੋਟੀ ਪਾਣੀ ਖਾਣਾ ਸ਼ੁਰੂ ਕਰ ਦਿੱਤਾ ਪਰ 15 ਦਿਨ ਤੱਕ ਬਸ ਚੁਟਕੀ ਪਜਾਇਆ ਨਿਕਲ ਜਾਣੇ ਆ ਪਰ ਇਧਰੋਂ ਬਾਅਦ ਇਹ ਰਾਣੀ ਨੇ ਕੀ ਕੀਤਾ ਕਿ ਇੱਕ ਬੈਦ ਨੂੰ ਬੁਲਾਇਆ ਤੇ ਬੈਦ ਨੂੰ ਆਖਿਆ ਕਿ ਮੈਨੂੰ ਇਹੋ ਜਿਹੀ ਦਵਾਈ ਦੇ ਜਿਸ ਦਵਾਈ ਦੇ ਨਾਲ ਮੈਨੂੰ ਲੂਜ਼ ਮੋਸ਼ਨ ਲੱਗ ਜਾਣ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਹ ਬੈਦ ਨੇ ਉਸ ਤਰ੍ਹਾਂ ਦੀ ਦਵਾਈ ਦਿੱਤੀ ਤੇ ਰਾਣੀ ਨੇ ਜ ਉਹ ਬੈਦ ਦੀ ਦਵਾਈ ਖਾ ਕੇ ਅੰਦਰ ਜਿਹੜੇ ਲੂਜ਼ ਮੋਸ਼ਨ ਲਵਾ ਲੈ ਜਦ ਨੂੰ ਲੂਜ਼ ਮੋਸ਼ਨ ਲੱਗੇ ਸੀ ਤੇ 15 ਦਿਨ ਉਹ ਜਿਹੜਾ ਵਿਸ਼ਟਾ ਸੀਗਾ ਲੂਸ ਮੋਸ਼ਨ ਦਾ ਰਾਣੀ ਨੇ ਆਪਣੀ ਨੌਕਰਾਂ ਨੂੰ ਕਿਹਾ ਵੀ ਜਿੰਨਾ ਵੀ ਬਿਸਟਾਕ ਘੜੇ ਦੇ ਵਿੱਚ ਤੁਸੀਂ ਭਰੀ ਜਾਓ ਉਹ ਜਿਹੜੀਆਂ ਨਾਲ ਦੀਆਂ ਦਾਸੀਆਂ ਸੀਗੀਆਂ ਉਹਨਾਂ ਨੇ ਕੀ ਕੀਤਾ ਰਾਣੀ ਦਾ ਜਿਹੜਾ ਲੂਸ ਮੋਸ਼ਨ ਸੀਗਾ ਘੜੇ ਚ ਪਾਉਣਾ ਸ਼ੁਰੂ ਕਰ ਦਿੱਤਾ ਤੇ 15 ਦਿਨਾਂ ਬਾਅਦ ਰਾਣੀ ਦੀ ਜਿਹੜੀ ਖੂਬ ਸੂਰਤ ਸੀ ਸਾਰੀ ਜਿਹੜੀ ਸੀ ਉਹ ਕਮਜ਼ੋਰੀ ਦੇ ਵਿੱਚ ਤੇ ਝੁਰੜੀਆਂ ਦੇ ਰੂਪ ਵਿੱਚ ਬਦਲ ਗਈ ਜਦ ਕਮਜ਼ੋਰੀ ਤੇ ਝੁਰੜੀਆਂ ਦੇ ਰੂਪ ਵਿੱਚ ਬਦਲ ਗਈ ਰੰਗ ਵੀ ਗੋਰੇ ਤੋਂ ਬਿਲਕੁਲ ਜਿਹੜਾ ਸੀਗਾ ਪੀੜਾ ਹੋ ਗਿਆ ਉਸ ਤੋਂ ਬਾਅਦ 15 ਦਿਨਾਂ ਬਾਅਦ ਫੇਰ ਰਾਣੀ ਨੇ ਜਿਹੜੀ ਸੀ ਆਪਣੀ ਉਹ ਗੋਲੀ ਮੰਗਾਈ ਤੇ ਉਹਨੂੰ ਆਖਿਆ ਕਿ ਤੂੰ ਇਸ ਤਰ੍ਹਾਂ ਕਰ ਉਦਾਸੀ ਨੂੰ ਸੱਦ ਤੇ ਉਹਨੂੰ ਕਹਿ ਬੇ ਆਪਣੇ ਲੜਕੇ ਨੂੰ ਆਖੇ ਕਿ ਮੈਨੂੰ ਆਕੇ ਹੁਣ ਮਰ ਸਕਦਾ ਹੈਗਾ ਜਦ ਇੰਨੀ ਗੱਲ ਹੋਈ ਆ ਤੇ ਫੇਰ ਉਹ ਗੋਲੀ ਨੇ ਜਾ ਕੇ ਦਾਸੀ ਨੂੰ ਦੱਸੇ ਤੇ ਦਾਸੀ ਨੇ ਆਪਣੇ ਪੁੱਤਰ ਨੂੰ ਆਖਿਆ ਕਿ ਰਾਣੀ ਤੈਨੂੰ ਮਰਨਾ ਚਾਹੁੰਦੀ ਤੇ ਤੂੰ ਚਲੇ ਜਾ ਪਰ ਜਿਉਂ ਹੀ ਲੜਕਾ ਜਿਹੜਾ ਸੀਗਾ ਰਾਣੀ ਦੇ ਮੇਲੇਾਂ 'ਚ ਗਿਆ ਤੇ ਰਾਣੀ ਜਿਹੜੀ ਸੀਗੀ ਉਹ ਕੁਰਸੀ ਤੇ ਬੈਠੀ ਹੋਈ ਸੀ ਤੇ ਉਹ ਲੜਕੇ ਆੜਵਾਲਾ ਦੇਖੀ ਜਾਵੇ ਦੇਖੀ ਜਾਵੇ ਤਾਂ ਫੇਰ ਉਹਨੇ ਉਹ ਜਿਹੜੀ ਰਾਣੀ ਕੁਰਸੀ ਤੇ ਬੈਠੀ ਹੋਈ ਸੀ ਜਿਹਨੇ ਲੂਜ ਮੋਸ਼ਨ ਲਵਾਏ ਹੋਏ ਸੀ ਉਹਨੂੰ ਕਹਿਣ ਲੱਗਾ ਵੀ ਰਾਣੀ ਕਿੱਧਰ ਆ ਜਦ ਇੰਨੀ ਗੱਲ ਹੋਈ ਤਾਂ ਫੇਰ ਰਾਣੀ ਕਹਿਣ ਲੱਗੀ ਵੀ ਉਹ ਤਾਂ ਮੈਂ ਹੀ ਆ ਹੋਰ ਕੌਣ ਹੈ ਜਦ ਇੰਨੀ ਗੱਲ ਹੋਈ ਤੇ ਜਿਹੜੇ ਲੜਕੇ ਨੇ ਉਹਦਾ ਚਿਹਰਾ ਤੱਕਿਆ ਹੈਰਾਨ ਹੋ ਗਿਆ ਕਹਿੰਦਾ ਨਹੀਂ ਉਹ ਤਾਂ ਬਹੁਤ ਖੂਬਸੂਰਤ ਸੀ ਤੂੰ ਤਾਂ ਮੈਨੂੰ ਕੋਈ ਵੱਡੀ ਜੀ ਬੁੱਢੀ ਜਈ ਔਰਤ ਨਜ਼ਰ ਆਉਂਦੀ ਆ ਤੇਰੇ ਆ ਤੇ ਚਿਹਰਾ ਜਿਹੜਾ ਬੜਾ ਉੱਤਰਿਆ ਹੋਇਆ ਬੇ ਝੁਰੜੀਆਂ ਪਈਆਂ ਤੂੰ ਤਾਂ ਕੋਈ ਬਿਮਾਰ ਲੱਗਦੀ ਹੈਗੀ ਆ ਉਹ ਤਾਂ ਰਾਣੀ ਕੁਛ ਹੋਰ ਸੀ ਉਹ ਕਿੱਧਰ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜੀ ਰਾਣੀ ਸੀ ਉਹ ਲੜਕੇ ਨੂੰ ਕਹਿਣ ਲੱਗੀ ਕਿ ਜੇ ਸ੍ਰਾਣੀ ਦੀ ਤੂੰ ਖੂਬਸੂਰਤੀ ਦੀ ਗੱਲ ਕਰਦਾ ਹਨ ਉਹ ਰਾਣੀ ਉਸ ਘੜੇ ਦੇ ਵਿੱਚ ਹੈਗੀ ਜਦ ਇੰਨੀ ਗੱਲ ਹੋਈ ਤਾਂ ਲੜਕਾ ਬੜਾ ਹੈਰਾਨ ਹੋਇਆ ਵੀ ਘੜੇ ਵਿੱਚ ਕਿਵੇਂ ਆ ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਰਾਣੀ ਕਹਿਣ ਲੱਗੀ ਨਹੀਂ ਯਕੀਨ ਤਾਂ ਘੜੇ ਦਾ ਕੱਪੜਾ ਚੱਕ ਕੱਪੜਾ ਚੱਕ ਕੇ ਦੇਖ ਲੈ ਜਿਵੇਂ ਲੜਕੇ ਨੇ ਘੜੇ ਤੋਂ ਕੱਪੜਾ ਚੱਕਿਆ ਤਾਂ ਕੀ ਦੇਖਿਆ ਕਿ ਵਿਸ਼ਟਾ ਦੀ ਜਿਹੜੀ ਦਰਗੰਧੀ ਸੀ ਉਹ ਲੜਕੇ ਨੂੰ ਚੜ ਗਈ ਤੇ ਉ ਦਰਗੰਧੀ ਦੇ ਕਾਰਨ ਲੜਕਾ ਜਿਹੜਾ ਸਗੈ ਉਹ ਆਪਣਾ ਫਟਾਫਟ ਮੂੰਹ ਟਾ ਕੇ ਜਿਹੜਾ ਸੀਗਾ ਉਥੋਂ ਭੱਜਣ ਲੱਗਾ ਜਦੋਂ ਭੱਜਣ ਲੱਗਾ ਤਾਂ ਰਾਣੀ ਕਹਿਣ ਲੱਗੀ ਹੁਣ ਭੱਜਦਾ ਕਿੱਥੇ ਹੈਗਾ ਹੁਣ ਤੂੰ ਰੁਕ ਜਾ ਜਦ ਇੰਨੀ ਗੱਲ ਹੋਈ ਤਾਂ ਜਿਹੜਾ ਲੜਕਾ ਸੀ ਉਹ ਰੁਕ ਗਿਆ ਤੇ ਰਾਣੀ ਕਹਿਣ ਲੱਗੀ ਦੇਖ ਅਸਲ ਤੇ ਬੇ ਜਿਹੜੀ ਤੂੰ ਖੂਬਸੂਰਤੀ ਤੱਕੀ ਸੀਗੀ ਹਨਾ ਉਹ ਖੂਬਸੂਰਤੀ ਹੋਰ ਨਹੀਂ ਹੈ ਉਹ ਸਿਰਫ ਦਰਗੰਦੀ ਦੀ ਮੈਲ ਹੈਗੀ ਆ ਇਹ ਮੈਲ ਜਿਹੜੀ ਖੂਬਸੂਰਤੀ ਦੀ ਹੈ ਘੜੇ ਵਿੱਚ ਪਾਤੀ ਆ ਮੈਂ ਤੇ ਇਹ ਅਸਲ ਦੇ ਵਿੱਚ ਖੂਬਸੂਰਤੀ ਹੋਰ ਇਸਤਰੀ ਦੀ ਖੂਬਸੂਰਤੀ ਕੋਈ ਨਹੀਂ ਹੁੰਦੀ ਇਹ ਜਿਹੜੀ ਖੂਬਸੂਰਤੀ ਹੁੰਦੀ ਹੈ ਕੇਵਲ ਤੇ ਕੇਵਲ ਵਿਸ਼ਟਾ ਦੀ ਮੈਲ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਫਿਰ ਲੜਕੇ ਨੂੰ ਗਿਆਨ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਰਾਣੀ ਨੂੰ ਮੱਥਾ ਟੇਕ ਕੇ ਉੱਥੋਂ ਵਾਪਸ ਚਲੇ ਗਿਆ ਸਿਕਾ ਸੋ ਕਹਿਣ ਤੋਂ ਭਾਵੇਂ ਆ ਕਿ ਜਿਨ੍ਹਾਂ ਨੂੰ ਇਸਤਰੀ ਸੁੰਦਰਤਾ ਤੇ ਆਕਰਸ਼ਣ ਦਾ ਗਿਆਨ ਹੋ ਜਵੇ ਤਾ ਉਹ ਜਿਹੜੇ ਸ਼ਖਸ਼ ਹੈਗੇ ਆ ਉਹਨਾਂ ਨੂੰ ਫਿਰ ਇਸਤਰੀ ਸੁੰਦਰਤਾ ਆਕਰਸ਼ਣ ਪ੍ਰਭਾਵਿਤ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਲੱਗ ਜਾਂਦਾ ਹੈ ਵੀ ਇਹ ਕੇਵਲ ਕੇਵਲ ਮਾਇਆ ਦਾ ਭਲਾਵਾ ਹੈਗਾ ਛਲ ਹੈਗੀ ਆ ਵਿਸ਼ਟਾ ਹੈਗੀ ਆ ਦੁਰਗੰਧੀ ਹੈਗੀ ਅਸਲ ਦੇ ਵਿੱਚ ਸੁੰਦਰਤਾ ਜਿਹੜੀ ਆ ਉਹ ਕੇਵਲ ਤੇ ਕੇਵਲ ਇਨਸਾਨ ਦੇ ਰੱਬੀ ਗੁਣਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਰੱਬੀ ਗੁਣ ਪ੍ਰਦਾਨ ਕਰ ਦਿੰਦਾ ਅਸਲ ਦੇ ਵਿੱਚ ਉਹ ਸੁੰਦਰਤਾ ਕਹਾਉਂਦੇ ਆ ਤੇ ਇਹ ਰੱਬੀ ਗੁਣ ਜਿਹੜੇ ਹੈ ਇਹੇ ਹੀ ਪਰਮੇਸ਼ਰ ਨੂੰ ਪਾਉਂਦੇ ਹੈਗੇ ਆ ਇਸ ਕਰਕੇ ਸੰਸਾਰ ਦੇ ਵਿੱਚ ਅਗਰ ਕੋਈ ਸੁੰਦਰ ਹੈ ਤਾਂ ਉਹ ਹੈ ਪਰਮਾਤਮਾ ਯੋ ਪਰਮਾਤਮਾ ਦਾ ਸੁਹਾਈ ਜਿਹੜਾ ਹੈਗਾ ਉਹ ਰੱਬੀ ਗੁਣਾ ਦਾ ਖਜ਼ਾਨਾ ਹੈਗਾ ਤੇ ਇਸ ਕਰਕੇ ਉਹ ਜਿਹੜਾ ਸੁਹਾ ਹੈਗਾ ਕਿਸੇ ਹੋਰ ਵਿੱਚ ਨਹੀਂ ਆ ਕਿਉਂਕਿ ਵਾਹਿਗੁਰੂ ਜਿਹੜਾ ਹੈਗਾ ਉਹਦੇ ਵਿੱਚ ਐਸਾ ਗੁਣ ਆ ਕਿ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਕਿ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ ਪਰ ਵਾਹਿਗੁਰੂ ਵਰਗਾ ਹੋਰ ਦੂਸਰਾ ਕੋਈ ਨਹੀਂ ਅਤਿ ਸੁੰਦਰ ਪਰਮਾਤਮਾ ਹੈਗਾ ਇਸੇ ਕਰਕੇ ਸਾਨੂੰ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈਗਾ ਕਿ ਅਗਰ ਕੋਈ ਇੰਨਾ ਸੁੰਦਰ ਮਹਿਲ ਬਣਾ ਲਵੇ ਕਿ ਉਹਨੂੰ ਜਿਹੜੀ ਇਸਤਰੀ ਹੈਗੀ ਆ ਉਹ ਵੀ ਮੋਹਣੀ ਮਿਲ ਜਵੇ ਤੇ ਮੁਖ ਦੇ ਉੱਤੇ ਮੋਹਣੀਆਂ ਉਹਦੇ ਉੱਤੇ ਚਮਕਣ ਤੇ ਐਸਾ ਸਭ ਕੁਝ ਸੁੰਦਰਤਾ ਹੁੰਦਿਆਂ ਹੋਇਆਂ ਵੀ ਉਹਨੂੰ ਇੰਨੇ ਸੁਖ ਹਰਾਮ ਹੋ ਜਾਣ ਕਿ ਹੀਰੇ ਜਵਾਹਰ ਦਾ ਘਰ ਵੀ ਉਹਨੂੰ ਮਿਲ ਜਵੇ ਪਰ ਅਖੀਰ ਦੇ ਵਿੱਚ ਇਹੋ ਕਿਹਾ ਕਿ ਇਹ ਕੇਵਲ ਤੇ ਕੇਵਲ ਮਾਇਆ ਦਾ ਛਾਲ ਹੈਗਾ ਤੇ ਇੱਥੇ ਜਿਹੜਾ ਹੈਗਾ ਤਤਸਾਰਕ ਬਾਬੇ ਨਾਨਕ ਨੇ ਕੱਢਿਆ ਕਿ ਮਤ ਦੇਖ ਭੂਲਾ ਵਿਸਰੇ ਤੇ ਰਚਿਤ ਨਾ ਵੇਨੋ ਇਹੋ ਜਿਹਾ ਵੀ ਕਹਿੰਦੇ ਸਾਰਾ ਕੁਝ ਦੇਖ ਕੇ ਮਾਇਆ ਦਾ ਛਾਲ ਅਗਰ ਕਿਸੇ ਨੂੰ ਪਰਮਾਤਮਾ ਭੁੱਲ ਜਵੇ ਤੇ ਫਿਰ ਉਹਦੇ ਵਰਗਾ ਭਾਗਾ ਕੋਈ ਨਹੀਂ ਪਰ ਇਹ ਮਾਇਆ ਦੇ ਛਾਲੇ ਨੂੰ ਅੱਖਾਂ ਤੱਕਣ ਦੇ باوجود ਵੀ ਜੇ ਨੂੰ ਇਸ ਚੀਜ਼ ਦੀ ਸਮਝ ਆ ਜਵੇ ਤਾਂ ਉਹਨਾਂ ਨੂੰ ਵੀ ਕਦੇ ਨਾਮ ਨਹੀਂ ਭੁੱਲਦਾ ਕਿਉਂਕਿ ਵਾਹਿਗੁਰੂ ਦਾ ਨਾਮ ਹੀ ਸੁੰਦਰਤਾ ਦਾ ਅਤ ਰੂਪ ਸੁੰਦਰ ਸਰੂਪ ਹੈਗਾ ਕਿਉਂਕਿ ਨਾਮ ਤੋਂ ਵੱਡੀ ਕੋਈ ਸੁੰਦਰਤਾ ਨਹੀਂ ਆ ਇਸ ਕਰਕੇ ਅਗਰ ਸੁੰਦਰਤਾ ਹੈਗੀ ਤੇ ਸੁੰਦਰਤਾ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਜਪਣ ਦੇ ਵਿੱਚ ਸਾਨੂੰ ਮਿਲਦੀ ਆ ਤੇ ਜਿਹੜੇ ਨਾਮ ਜਪਦੇ ਅਸਲ ਦੇ ਵਿੱਚ ਉਹਨਾਂ ਨੂੰ ਸੁੰਦਰਤਾ ਦਾ ਭੇਦ ਜਿਹੜਾ ਹੈਗਾ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਤੇ ਉਹਨਾਂ ਨੂੰ ਇਸ ਗੱਲ ਦਾ ਫਿਰ ਗਿਆਨ ਹੋ ਜਾਂਦਾ ਅਤਪ੍ਰੀਤਮ ਮਨਮੋਹਣਾ ਘਟ ਸੋਹਣਾ ਰਾਮ ਪਿਆਰਾ ਰਾਮ ਸੋ ਦਾਸ ਇਨਹੀ ਬਚਨ ਆਪ ਸਨਿਆ ਸੰਗਤਨਾ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਮੁਹਿਆ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ